ਪੈਂਦੇ ਪਿੰਡ ਦੂਰਾ ਤੋਹਰਾ ਵਿਖੇ ਨਜਾਇਜ਼ ਸਬੰਧਾਂ ਦੇ ਚੱਲਦਿਆਂ ਕੁੜੀ ਮੁੰਡੇ ਦਾ ਬਹਿਰਾਮੀ ਨਾਲ ਹੋਇਆ ਕਤਲ। ਇਸ ਮੌਕੇ ਜਾਣਕਾਰੀ ਦਿੰਦੇ ਹੋਏ DSP ਬਖਵਿੰਦੀ ਰਾਜਵੀਰ ਸਿੰਘ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਇਹ ਪ੍ਰੇਮੀ ਜੋੜਾ ਆਪਣੇ ਘਰ ਤੋਂ ਗਾਇਬ ਸੀ। ਇਹਨਾਂ ਦੋਵਾਂ ਦੀ ਲਾਸ਼ ਪਿੰਡ ਦੂਰਾ ਤੋਹਰਾ ਦੇ ਇੱਕ ਖੇਤ ਵਿੱਚੋਂ ਗਲੀ ਸੜੀ ਹਾਲਾਤ ਵਿੱਚ ਮਿਲੀ। ਉਹਨਾਂ ਦੱਸਿਆ ਕਿ ਮ੍ਰਿਤਕ ਲੜਕਾ ਅਤੇ ਲੜਕੀ ਦੀ ਪਹਿਚਾਣ ਜੁਗਰਾਜ ਸਿੰਘ ਉਸ ਜੋਗਾ ਪੁੱਤਰ ਕੁਲਵੰਤ ਸਿੰਘ 22 ਤੇ ਜੋਤੀ ਪੁੱਤਰੀ ਬੂਟਾ ਸਿੰਘ ਵਜੋਂ ਹੋਈ ਹੈ। ਥਾਣਾ ਕੇਮਪਰ ਦਾ ਪਿੰਡ ਹੈ ਦੂਲਾ ਕੋਨਾ। ਇੱਥੇ ਇੱਕ ਜੋਗਾ ਸਿੰਘ ਸਾਨੋ ਕੁਲਵੰਤ ਸਿੰਘ ਹੈ, ਜਗਰਾਜ ਸਿੰਘ ਉਰਫ ਜੋਗਾ ਸਿੰਘ ਪੁੱਤਰ ਕੁਲਵੰਤ ਸਿੰਘ ਮਾਝੀ ਵਾਸੀ ਦੂਲਾ ਕੋਨਾ, ਉਮਰ ਕਰੀਬ 20 ਸਾਲ। ਇਹਦੇ ਜਿਹੜੇ ਨਜਾਇਜ਼ ਸਬੰਧ ਸੀ ਜੋਤੀ ਪੁੱਤਰੀ ਬਿੱਟੂ ਮਾਝੀ ਵਾਸੀ ਦੂਲਾ ਕੋਨਾ, ਉਮਰ 20 ਸਾਲ, ਇਹਦੇ ਨਾਲ ਇਹਦੇ ਸਬੰਧ ਬਣ ਗਏ ਸੀ ਅਤੇ ਪਿੰਡ ਵਾਲਿਆਂ ਨੂੰ ਵੀ ਇਹਨਾਂ ਦੇ ਬਾਰੇ ਪਤਾ ਸੀਗਾ। ਅਤੇ ਇਹ ਪਿੰਡ ਵਾਲੇ ਦੱਸਣ ਮੁਤਾਬਕ ਮਿੱਟੀ 8:05 ਜਿਹੜਾ 20 ਨੂੰ ਆਏ ਸਵੇਰੇ, ਜਿਹੜਾ ਵਾ ਲੜਕੀ ਨੂੰ ਕਿਤੇ ਕੱਢ ਕੇ ਲੈ ਗਿਆ ਸੀਗਾ, ਦੋਵੇਂ ਜਣੇ ਚਲੇ ਗਿਆ ਸੀ। ਅਤੇ ਉਹ ਬਾਅਦ ਦੇ ਵਿੱਚ ਜਿਹੜਾ ਲੜਕੀ ਵਾਲਿਆਂ ਦੇ ਜਿਹੜੇ ਹੈਗੇ ਆ ਪੇਰੈਂਟਸ, ਉਹਨਾਂ ਨੇ ਉਹਨਾਂ ਘਰ ਜਾ ਕੇ ਦੱਸਿਆ ਵੀ ਤੁਹਾਡਾ ਮੁੰਡਾ ਜਿਹੜਾ ਸਾਡੀ ਲੜਕੀ ਲੈ ਗਿਆ ਵਾ। ਇਹਦੇ ਵਿੱਚ ਜਿਹੜਾ ਵਾ ਪਿੰਡ ਦੇ ਵਿੱਚ ਵੀ ਬਹਿ ਕੇ ਇਹਨਾਂ ਦੀ ਘੁਸਰ ਮੁਸਰ ਚੱਲਦੀ ਰਹੀ ਆ ਕਿ ਉਦੋਂ ਤੋਂ ਉਸ ਦਿਨ ਤੋਂ ਬਾਅਦ ਜਿਹੜਾ ਵਾ ਮੁੰਡਾ ਕੁੜੀ ਪਿੰਡ ਵਿੱਚ ਨਹੀਂ ਦੇਖ ਲਿਆ। ਅਤੇ ਅੱਜ ਜਿਹੜਾ ਵਾ ਮਤਲਬ ਇੱਥੇ ਪਿੰਡ ਦੂਲਾ ਕੋਨਾ ਤੋਂ 10-15 ਕਿੱਲੇ ਜਿਹੜਾ ਵਾ ਹਟਵਾਂ ਜਿਹੜਾ ਵਾ 41 ਦਾ ਦਰਸ ਸੀਗਾ, ਉੱਥੇ ਕੋਈ ਜਿਹੜੇ ਬੱਚੇ ਸੀ ਕੋਈ ਜਨਾਨੀਆਂ ਸਿੱਟੇ 'ਚ ਬਣਾਈਆਂ, ਜਿਨ੍ਹਾਂ ਨੇ ਵੇਖਿਆ ਵੀ ਦੋ ਬੁਰੀ ਤਰ੍ਹਾਂ ਚੁੱਸੀਆਂ ਹੋਈਆਂ, ਡੈੱਡ ਬੋਡੀਆਂ ਪਈਆਂ ਸੀਗੀਆਂ ਇੱਕ ਬੰਦੇ ਜਨਾਨੀ ਦੀਆਂ। ਜਿਹੜਾ ਪੁਲਿਸ ਨੂੰ ਤਲਾਹ ਮਿਲੀ, ਇਹਦੇ ਘਰਦਿਆਂ ਨੂੰ ਤਲਾਹ ਮਿਲੀ, ਜੋ ਅਸੀਂ ਵੀ ਇੱਥੇ ਮੌਕੇ 'ਤੇ ਆਏ ਹਾਂ, ਇਹਨਾਂ ਨੇ ਸ਼ਨਾਖਤ ਕੀਤਾ ਵਾ ਕਿ ਇਹ ਜਿਹੜਾ ਮ੍ਰਿਤਕ ਜੋਗਾ ਸਿੰਘ ਆ ਅਤੇ ਜਿਹੜੀ ਮਰਨ ਵਾਲੀ ਆ ਉਹ ਜੁੱਤੀ ਹੈ। ਅਤੇ ਇਹ ਜਿਹੜੇ ਆਪਣੇ ਮ੍ਰਿਤਕ ਜੋਗਾ ਸਿੰਘ ਦੇ ਜਿਹੜੇ ਵਾਰਸ ਨੇ ਉਹ ਸ਼ੱਕ ਕਰਦੇ ਆ ਵੀ ਲੜਕੀ ਦੇ ਪਰਿਵਾਰ ਨੇ ਜਿਹੜਾ ਵਾ ਨਾ ਇਹਨਾਂ ਦੋਵਾਂ ਨੂੰ ਮਾਰ ਦਿੱਤਾ, ਜੋ ਲੜਕੇ ਦੇ ਬਾਪ ਦੇ ਬੈਨਾਂ 'ਤੇ ਜਿਹੜਾ ਪਰਚਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ, ਇਹਨਾਂ ਦਾ ਪੋਸਟਮਾਰਟਮ ਕਰਾਇਆ ਜਾ ਰਿਹਾ, ਡੰਗਿਆਈ ਨਾਲ ਤਫਤੀਸ਼ ਕੀਤੀ ਜਾਵੇਗੀ, ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਅਗਲੀ ਕਾਰਵਾਈ ਉਹਨਾਂ 'ਚ ਲਿਆਉਂਦੀ ਜਾਏਗੀ। ਇਹ ਸਾਰੇ ਜਿਹੜੀਆਂ ਲਾਸ਼ਾਂ ਇੱਥੇ ਮਿਲੀਆਂ, ਇੱਥੇ ਕਤਲ ਹੋਇਆ ਜਾਂ ਲਾਸ਼ਾਂ ਖੁਰਦਬੁਰਦ ਕਰਨ ਵਾਸਤੇ ਚੁੱਕੀਆਂ ਗਈਆਂ? ਇਹ ਅਜੇ ਪੂਰੀ ਤਰ੍ਹਾਂ ਨਹੀਂ ਕਿਹਾ ਜਾ ਸਕਦਾ, ਕਿਉਂਕਿ ਲਾਸ਼ਾਂ ਜਿਹੜੀਆਂ ਬਿਲਕੁਲ ਡੀਕੰਪੋਜ ਧੁੱਪ ਦੇ ਨਾਲ ਬਿਲਕੁਲ ਖਰਾਬ ਹੋ ਚੁੱਕੀਆਂ ਹੈ, ਅਤੇ ਹੁਣ ਪੋਸਟਮਾਰਟਮ ਦੇ ਵਿੱਚੋਂ ਪਤਾ ਲੱਗੇਗਾ ਵੀ ਇਹਨਾਂ ਦੀ ਮੌਤ ਦਾ ਕਾਰਨ ਕੀ ਆ। ਇਸ ਕਰਕੇ ਅਜੇ ਗੱਲ 'ਤੇ ਕੁਛ ਨਹੀਂ ਕਿਹਾ ਜਾ। ਇਹਨਾਂ ਪਰਿਵਾਰ ਵਾਲਿਆਂ ਕੋਲ ਪੁਲਿਸ ਨੂੰ ਅਗਾਊ ਗੁੰਮਸ਼ੁਦਾ ਦੀ ਸੂਚਨਾ ਦਿੱਤੀ ਸੀ? ਹਾਂਜੀ, ਲੜਕੀ ਵਾਲਿਆਂ ਨੇ ਕੋਈ ਨਹੀਂ ਦਿੱਤੀ, ਤੇ ਲੜਕੀ ਵਾਲਿਆਂ ਨੇ ਕੇਂਦਰ ਥਾਣੇ ਦਰਖਾਸਤ ਦਿੱਤੀ ਕਿ ਸਾਡਾ ਜਿਹੜਾ ਲੜਕਾ ਉਹ ਮਿਲ ਨਹੀਂ ਰਿਹਾ। ਮੁੰਡਾ ਜਗਰਾਜ ਸਿੰਘ ਅਤੇ ਬਿੱਟੂ ਦੀ ਜਿਹੜੀ ਕੁੜੀ, ਇਹਦੇ ਨਾਲ ਉਹਦੇ ਥੋੜ੍ਹੇ ਨਜਾਇਜ਼ ਸੰਬੰਧ ਸੀ। ਅਤੇ ਭਾਈ 8 ਤਰੀਕ ਦੀ ਰਾਤ ਨੂੰ ਤੜਕੇ 4 ਵਜੇ ਦੀ ਗੱਲ ਆ, ਇਹਦੀ ਮਾਂ ਜਿਹੜੀ ਸੁੱਖੀ ਉਹ ਸਾਡੇ ਘਰ ਗਈ ਅਤੇ ਉਹਨੇ ਜਾ ਕੇ ਸਾਨੂੰ ਉਠਾਇਆ ਕਿ ਤੁਹਾਡਾ ਮੁੰਡਾ ਜੋਗਾ ਕਿੱਥੇ ਆ। ਇਹਨਾਂ ਨੇ ਉਹਨੂੰ ਮਾਰ ਕੇ ਉਹਨੂੰ ਚੁੱਕ ਕੇ ਮਾਰਿਆ, ਫਿਰ ਸਾਡੇ ਘਰ ਜਾ ਕੇ ਸੱਚੇ ਹੋਣ ਦੇ ਮਾਰੇ ਨੇ ਜਾ ਕੇ ਸਾਨੂੰ ਦੱਸਿਆ ਵੀ ਆਹ ਗੱਲ ਹੋ ਗਈ ਆ। ਉਦੋਂ ਤੋਂ ਅਸੀਂ ਮੁੰਡੇ ਦੀ ਭਾਲ ਕਰਦੇ ਹਾਂ, ਪਰ ਅੱਜ ਤੱਕ ਸਾਨੂੰ ਮੁੰਡਾ ਨਹੀਂ ਮਿਲਿਆ। ਅੱਜ ਕੋਈ 4 ਵਜੇ ਦੀ ਗੱਲ ਹੈ ਕਿ ਇੱਥੇ ਸਾਨੂੰ ਪਤਾ ਲੱਗਾ ਕਿ ਮਣਾਵੇਂ ਦੇ ਇੱਥੇ ਪੈਲੀਆਂ ਦੇ ਵਿੱਚ ਨਾ ਦੋ ਡੈੱਡ ਬੋਡੀਆਂ ਪਈਆਂ, ਤਾਂ ਮੈਂ ਮੌਕੇ 'ਤੇ ਆ ਕੇ ਦੇਖਿਆ ਅਤੇ ਉਹ ਇਹਨਾਂ ਦੀਆਂ ਦੋ ਡੈੱਡ ਬੋਡੀਆਂ। ਤੁਹਾਨੂੰ ਕਿੱਥੇ ਸ਼ੱਕ ਹੈ? ਸ਼ੱਕ ਸਾਨੂੰ ਇਹਨਾਂ ਦੇ ਪਰਿਵਾਰ 'ਤੇ ਹੈ ਭਾਜੀ ਬਿੱਟੂ ਦੇ। ਕੀ ਮੰਗ ਕਰਦੇ? ਕੀ ਮੰਗ ਕਰਦੇ? ਅਸੀਂ ਇਨਸਾਫ਼ ਦੀ ਮੰਗ ਕਰਦੇ ਹਾਂ, ਸਾਨੂੰ ਪ੍ਰਸ਼ਾਸਨ ਤੋਂ ਇਨਸਾਫ਼ ਚਾਹੀਦਾ। ਕੀ ਨਾਮ ਭਾਈ ਤੁਹਾਡਾ? ਕੁਲਵੰਤ ਸਿੰਘ ਜੀ। ਮਰਨ ਵਾਲੇ ਵਿਅਕਤੀ ਦਾ ਨਾਂ ਕੀ ਸੀ? ਜਗਰਾਜ ਸਿੰਘ। ਜਗਰਾਜ ਸਿੰਘ ਕੌਣ ਸੀ ਜਿਹੜੇ ਆਉਂਦੇ ਸੀ? ਇਹਨਾਂ ਦੀ ਜੀ ਹੋਈ ਆਉਂਦੀ ਸੀ, ਅਸੀਂ ਇਹਨੂੰ ਮਾਰ ਦੇਣਾ। ਅੱਜ ਕੀ ਪਤਾ ਲੱਗਾ ਤੁਹਾਨੂੰ? ਇਹ ਮੁੜ ਕੇ ਨੇ ਸਾਡਾ ਮੁੰਡਾ ਮੰਡੀ ਚ ਘਲਾਇਆ, ਅਸੀਂ 4 ਵਜੇ ਉਧਰੋਂ ਆਏ ਨੀ ਮੰਡੀ ਚੋਂ। ਇਹਨਾਂ ਆਖਿਆ ਤੁਹਾਡਾ ਮੁੰਡਾ ਕਿੱਥੇ ਜੀ ਤੁਹਾਡਾ? ਅਸੀਂ ਰਾਤ ਦਿਨ ਮੰਡੀ ਚ ਘਲਾਇਆ, ਅਸੀਂ ਆਖਿਆ ਵੀ ਸਾਡਾ ਮੁੰਡਾ ਮੰਡੀ ਚ ਗਿਆ ਤੇ ਉਹਨੇ ਆਖਿਆ ਵੀ ਸਾਡੀ ਕੁੜੀ ਲੈ ਗਿਆ। ਅਸੀਂ ਉਸੇ ਵੇਲੇ ਉੱਠ ਕੇ ਗੰਗਾ ਸਾਕਾਂ ਦੇ ਸਾਹ ਅਸੀਂ ਭਾਲਣਾ ਸ਼ੁਰੂ ਕਰਤਾ। ਸਾਨੂੰ ਕਿਤੋਂ ਕਿਸੇ ਅੰਕ ਸਾਕ ਨੇ ਆਖਿਆ ਸਾਰੇ ਵੀ ਕੋਈ ਇੱਥੇ ਨਹੀਂ ਆਇਆ। ਸਾਨੂੰ ਹੀ ਮੁੜ ਕੇ ਸਾਡਾ ਮੁੰਡਾ ਮਿਲਿਆ, ਅੱਜ ਆਣ ਸਾਡਾ ਮੁੰਡਾ ਮਿਲਿਆ। ਸਾਨੂੰ ਪਤਾ ਲੱਗਾ ਕਿਸੇ ਨੇ ਦੱਸਿਆ ਵੀ ਇਤਨਾ ਪਏ ਨੇ, 2 ਮਿੰਟ ਕਰਦੇ ਅਸੀਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦੇ ਹਾਂ ਜੀ ਸਾਨੂੰ ਜਾਵੇ ਜੀ ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੱਲ ਦੋਸਤੋ ਦੇਖ ਰਹੇ ਹੋ ਪੰਜਾਬ ਟੀਵੀ ਪੰਜਾਬ ਟੀਵੀ ਮੈਂ ਤੁਹਾਡਾ ਆਪਣ
पंजाब टीवी के माध्यम से राही पहुँचाते रहेंगे। जो कि सरकारी तनखा लैके आम लोगों फिर भी तंग करते हैं। हो जाओ सावधान,
हर एक खबर थोड़े तक पहुंचेगी। छोटी तो छोटी अते वड्डी तो वड्डी खबर। जेकर सच बोलना सच लिखना बगावत है ता असी बागी हां। जो कि ये सरकारी बंदे कुछ 100 चो 2% होंदे हन। छोटे तो वड्डी खबर थोड़े तक पहुंचाउण लई साडी टीम हमेशा पंजाब टीवी दी जो टीम है थोड़े लई हमेशा तैयार रहेगी। जो रिश्वत लेंदा है जो किसी गरीब नूं तंग करदा है ता तुसी साडे नंबर ते संपर्क करके दस सकदे हो। साडे नंबर डिस्क्रिप्शन बॉक्स विच दित्ते गए हन जां सानू ईमेल भी कर सकदे हो। साडी ईमेल आईडी भी डिस्क्रिप्शन बॉक्स विच दित्ती गई है। धन्यवाद।